ਅਸੀਂ ਹੁਸੈਨ ਬਾਦਸ਼ਾਹ ਨੂੰ ਬਚਪਨ 'ਚ ਰੋਈਏ, ਜਵਾਨੀਆਂ 'ਚ ਰੋਈਏ, ਜ਼ਈਫੀਏ 'ਚ ਰੋਈਏ, ਕਬਰ ਦੀ ਚਾਰ ਦੀਵਾਰੀ ਤੱਕ ਰੋਈਏ। ਸਾਡੀ ਸਾਰੀ ਜ਼ਿੰਦਗੀ ਦਾ ਰੋਣਾ ਹੁਸੈਨ ਦੀ 4 ਸਾਲਾਂ ਦੀ ਧੀ ਦੀ ਜੇਲ੍ਹ ਦੇ ਬਰਾਬਰ ਹੈ, ਜਿਹੜੀ ਸ਼ਿਮਰ ਦੇ ਸਾਹਮਣੇ ਹੱਥ ਬਨ ਕੇ ਆਂਦੀ ਹੈ, ਨਾ ਮਾਰ ਮੇਰਾ ਜ਼ਖਮੀ ਬਾਬਾ, ਸਰ ਤੋਂ ਲੈ ਕੇ ਪੈਰਾਂ ਤਾਈਂ ਬੁਰਕਾ ਕਰ ਬਲਾ ਦੇ ਹਿੰਗ ਟੁੱਟੇ ਤੇ ਚੜ ਕੇ ਆਂਦੀ ਹੈ, ਬਾਬਾ ਬੋਲ ਦੀ ਜੰਗਲਾਂ ਦੇ ਵਿੱਚ ਰੁਲ ਗਿਆ। ਪਹਿਲੀ ਅਕਲ ਮਾਰੀਏ ਕੋਈ ਜਵਾਬ ਨੀ ਆਇਆ, ਦੂਜੀ ਅਕਲ ਮਾਰ ਕੇ ਆਈਏ, ਬਾਬਾ ਬੋਲ ਦੀ ਫੌਜਾਂ ਦੇ ਵਿੱਚ ਰੁਲ ਗਈਆ। ਇਹ ਤੇਰਾ ਇਲਾਕਾ ਛੋਟਾ ਬੱਚੋ ਵੇ, ਜਿਸ ਨੂੰ ਪਿਓ ਨਾ ਪਿਆ ਲੱਭਦੋ ਵੇ, ਕੋਲੋਂ ਦੂਸਰਾ ਲੈ ਦਾਦਾ ਮਨਾ ਪਿਆ ਸੀ, ਚਾਚਾ ਕੀ ਗਾਈ ਮੇਰਾ ਬਾਬਾ ਜੀ ਕੋਈ, ਕੋਲੋਂ ਇਹ ਕਰਦੀ ਘੋੜਾ ਸਵਾਰ ਗੁਜ਼ਰੇ, ਮੇਰੀ ਸੈਣ ਫਰਮੈਨੇ ਨੀ ਆ ਸ਼ੈਦ ਹਲ ਰਹੇ ਤਾਬੀ ਕੀ ਗਾਈ ਮੇਰਾ ਬਾਬਾ ਜੀ ਕੋਈ, ਇਸ ਘੋੜੇ ਦੀਆਂ ਵਾ ਕਰੋ ਕਿਆ ਲੱਗਦਾ ਬੱਚੀ ਤੂੰ ਘੋੜੇ ਬੀਬੀਆਂ ਦੀਆਂ ਮੈਂ ਕੁੰਦੀ ਦੀਆਂ। ਕਿਉਂ ਮਿਲਿਆ ਉਹ ਕਮੀ ਨਾ ਜਿਸ ਦੀਨ ਦਾ ਕਾਬਾ ਡਾਲਾ, ਕਰੀਬ ਆ ਗਿਆ ਨਾ ਹੁਸੈਨ ਕਵੇਲੇ ਧੀ ਬੁਲਾਇਆ, ਸੈਯਦਾ ਨਾ ਕਮੀ ਨਾ ਕਵੇਲੇ ਧੀਆਂ ਬੁਲਾਈਆਂ ਨੇ, ਵਹਿੰਦੀਆਂ ਧੀਆਂ ਆਪੇ ਆ ਵਹਿੰਦੀਆਂ। ਆ ਵਿਜੇ ਨਾ ਮੈਂ ਟੋਰਾ ਮਸੂਮਾ ਮੇਰੀ ਧੀ ਚੈਣ ਦਾ ਹੀ ਬਚੇ, ਜਿਤੇ ਪਿੰਡ ਬਾਜੂਆਂ ਲੀਲਾ ਚਾਹੀਏ, ਦਰਿਆ